ਹਾਂਜੀ ਸਟਾਰਟ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਡੰਡੀ ਹਰ ਪਾਸੇ ਵਿਗਿਆਨ ਦੇ ਚਮਤਕਾਰ ਨਜ਼ਰ ਆ ਰਹੇ ਹਨ ਡੰਡੀ ਪਿਛਲੀਆਂ 100 ਸਦੀਆਂ ਵਿੱਚ ਵਿਗਿਆਨ ਨੇ ਇਤਨੀ ਹੁਨਤੀ ਕੀਤੀ ਹੈ ਕਿ ਮਨੁੱਖੀ ਜਗਤ ਦੇ ਹਰ ਕਾਰਜ ਖੇਤਰ ਵਿੱਚ ਵਿਗਿਆਨਿਕ ਪ੍ਰਾਪਤੀਆਂ ਦੇ ਪਰਵੇਸ਼ ਨਾਲ ਸਾਰੀ ਰੂਪਰੇਖਾ ਹੀ ਬਦਲ ਗਈ ਹੈ ਡੰਡੀ ਸਾਇੰਸ ਦੀ ਉਨਤੀ ਨਾਲ ਇੰਜ ਜਾਪਦਾ ਹੈ ਜੇ 200 ਸਾਲ ਪੁਰਾਣਾ ਮਨੁੱਖ ਅੱਜ ਸਾਨੂੰ ਆ ਕੇ ਵੇਖੇ ਤਾਂ ਜ਼ਰੂਰ ਹੀ ਕਹੇਗਾ ਕਿ ਅਸੀਂ ਸਵਰਗ ਵਿੱਚ ਰਹਿ ਰਹੇ ਹਾਂ ਡੰਡੀ ਅੱਜ ਦੀਆਂ ਕਾਢਾਂ ਨੇ ਮਨੁੱਖ ਨੂੰ ਹੈਰਾਨ ਕਰ ਦਿੱਤਾ ਹੈ ਡੰਡੀ ਨਾਈਲੋਨੀ ਕੱਪੜੇ ਵਧੀਆ ਸਾਈਕਲ ਸਕੂਟਰ ਟੈਲੀਵਿਜ਼ਨ ਆਦ ਸਾਇੰਸ ਤੇ ਦੇ ਚਮਤਕਾਰਾਂ ਦਾ ਵਰਣਨ ਕਈ ਲੋਕ ਸ਼ਾਇਦ ਆਪਣੀ ਕਲਪਨਾ ਵਿੱਚ ਵੀ ਨਹੀਂ ਲਿਆ ਸਕੀ ਡੰਡੀ ਬਿਮਾਰੀਆਂ ਦੀ ਜਾਂਚ ਪੜਤਾਲ ਤੇ ਰੋਕथाम ਦੀਆਂ ਚੰਗੀਆਂ ਵਿਧੀਆਂ ਅਤੇ ਦਵਾਈਆਂ ਨਿਕਲ ਆਈਆਂ ਹਨ ਐਕਸ-ਰੇ ਦੀਆਂ ਮਸ਼ੀਨਾਂ ਰਾਹੀ ਮਨੁੱਖ ਦੇ ਅੰਦਰਲੇ ਰੋਗ ਨੂੰ ਲੱਭਿਆ ਜਾਂਦਾ ਹੈ ਅਤੇ ਵੱਡੇ ਆਪਰੇਸ਼ਨ ਲਗਭਗ ਸੰਸਾਰ ਦੇ ਸਬਨਾ ਦੇਛਾਂ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਸਫਲਤਾਪੂਰਨ ਕੀਤੇ ਜਾਂਦੇ ਹਨ ਡੰਡੀ ਟੁੱਟੀਆਂ ਹੱਡੀਆਂ ਤੇ ਫਟ ਮਾਸ ਨੂੰ ਡਾਕਟਰ ਇਸ ਤਰ੍ਹਾਂ ਜੋੜ ਦਿੰਦੇ ਹਨ ਜਿਵੇਂ ਕੋਈ ਮਿਸਤਰੀ ਪੈਨ ਪੈਨ ਲੱਕੜਾ ਨੂੰ इकਟ्ठा ਕਰਕੇ ਕੋਈ ਸੋਹਣੀ ਚੀਜ਼ ਬਣਾ ਦਿੰਦਾ ਹੈ ਡੰਡੀ ਹੈ ਜਾ ਪਲੇਗ ਚੇਚਕ ਮਲੇਰੀਆ ਆਦ ਲਗਭਗ ਸਾਰੇ ਰੋਗਾਂ ਲਈ ਕੈਪਸੂਲ ਤੇ ਟੀਕੇ ਤਿਆਰ ਹੋ ਗਏ ਹਨ ਡੰਡੀ ਕਮਜ਼ੋਰ ਨਜ਼ਰ ਵਾਲਿਆਂ ਲਈ ਐਨਕਾਂ ਨੇਤਰਹੀਨਾਂ ਲਈ ਅੱਖਾਂ ਲੱਤਾਂ ਬਾਹਾਂ ਕਟਿਆਂ ਨੂੰ ਬਨੌਉਟੀ ਲੱਤਾਂ ਬਾਹਾਂ ਬੋੜਿਆਂ ਨੂੰ ਸੁੱਨਦੀਆਂ ਗੈਬੀ ਮਸ਼ੀਨਾ ਅਤੇ ਦੰਦਹੀਨਾਂ ਨੂੰ ਦੰਦ ਲਾਏ ਜਾ ਸਕਦੇ ਹਨ ਡੰਡੀ ਰੋਗੀਆਂ ਨੂੰ ਦੂਜਿਆਂ ਦਾ ਖੂਨ ਮਿਲ ਸਕਦਾ ਹੈ ਡੰਡੀ ਵਿਟਾਮਿਨਾ ਦੁਆਰਾ ਮਨੁੱਖ ਨੂੰ ਜ਼ਿੰਦਗੀ ਸਿਹਤ ਅਤੇ ਲੰਮੀ ਉਮਰ ਦੀਆਂ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ ਡੰਡੀ ਬਿਮਾਰ ਆਦਮੀ ਦੇ ਦਿਲ ਨੂੰ ਕੱਢ ਕੇ ਉਸ ਦੀ ਥਾਂ ਬੰਦਰ ਆਦ ਪ੍ਰਾਣੀਆਂ ਦਾ ਦਿਲ ਲਾਇਆ ਜਾ ਸਕਦਾ ਹੈ ਡੰਡੀ ਇਹ ਕਹਿਣਾ ਅਨੁਚਿਤ ਨਹੀਂ ਹੋਵੇਗਾ ਕਿ ਸਾਇੰਸ ਮਰੇ ਹੋਏ ਆਦਮੀ ਨੂੰ ਕੁਝ ਸਮੇਂ ਤੱਕ ਜ਼ਿੰਦਾ ਰੱਖ ਸਕਦੀ ਹੈ ਡੰਡੀ ਇਹ ਵਿਗਿਆਨ ਦਾ ਹੀ ਚਮਤਕਾਰ ਹੈ ਡੰਡੀ ਫਿਰ ਇਹ ਵਰਦਾਨ ਨਹੀਂ ਤਾਂ ਹੋਰ ਕੀ ਹੈ ਪ੍ਰਸ਼ੰਚਨ ਖੇਤੀਬਾੜੀ ਦੇ ਖੇਤਰ ਵਿੱਚ ਵੀ ਵਿਗਿਆਨ ਨੇ ਕਮਾਲ ਕਰ ਵਿਖਾਇਆ ਹੈ ਡੰਡੀ ਟਰੈਕਟਰਾਂ ਨਾਲ ਵਾਹੀ ਖੂਹਾਂ ਆਦਰਾਹੀ ਸਿੰਜਾਈ ਅਤੇ ਪੈਨ ਪੈਨ ਮਸ਼ੀਨਾਂ ਰਾਹੀਂ ਫਸਲਾਂ ਦੀ ਕਟਾਈ ਤੇ ਸਿੰਡਾਈ ਕੀਤੀ ਜਾ ਰਹੀ ਹੈ ਡੰਡੀ अनेका ਕਾਮਿਆਂ ਦਾ ਕੰਮ ਇਹਨਾਂ ਰਾਹੀਂ ਹੋ ਰਿਹਾ ਹੈ ਡੰਡੀ ਖਾਦ ਦੇ ਕਾਰਖਾਨਿਆਂ ਨਾਲ ਹਰ ਥਾਂ ਅਨਾਜ ਦੇ ਢੇਰ ਦਿਸ ਰਹੇ ਹਨ ਡੰਡੀ ਫਸਲਾਂ ਦੇ ਰੋਗਾਂ ਦੇ ਇਲਾਜ ਲੱਭੇ ਜਾ ਰਹੇ ਹਨ ਡੰਡੀ ਅਨਾਜ ਨੂੰ ਅਨਾਜ ਤੇ ਟੂੜੀ ਨੂੰ ਬੈਲ ਗੱਡੀਆਂ ਦੀ ਥਾਂ ਟਰੱਕਾਂ ਟਰੈਕਟਰਾਂ ਅਤੇ ਟਰਾਲੀਆਂ ਵਿੱਚ ਲਿਆਂਦਾ ਜਾ ਰਿਹਾ ਹੈ ਡੰਡੀ ਵਿਗਿਆਨ ਨੇ ਪਹਾੜ ਅਤੇ ਪਾਣੀ ਆਦ ਪ੍ਰਕਿਰਤੀ ਕਾ ਸ਼ਕਤੀਆਂ ਤੇ ਕਾਬੂ ਪਾ ਲਿਆ ਹੈ ਡੰਡੀ ਸਟਾਪ